करीब एक हफ्ता पहला कपूरथला के पिंड औजला की 12वीं जमात की 20 साल विद्यार्थन स्कूल गई सी पर घर नहीं परती, जिस तो बाद गायब हुई स्कूली विद्यार्थन जशनदीप की माता बेबी ने अपनी बेटी की बहुत भाल की पर उसनू किते नहीं मिली, जिस तो बाद पीड़ित औरत ने थाना सदर कपूरथला शिकायत भी की सी जिस दी बेटी स्कूल तो वापस घर नहीं परती पर शिकायत दिती नू एक हफ्ता हो चुका है। थाना सदर पुलिस ने अजे तक उसकी शिकायत पर कोई ध्यान नहीं दिता, जिस तो बाद पीड़ित औरत ने एकता पार्टी के मुखी गुरमीत लाल बिट्टू नाल संपर्क करके मदद की गुहार लगाई। एकता पार्टी के मुखी नू नाल लेके कपूरथला SSP के दफ्तर पहुंची, ਕਿਤੇ ਜਾ ਕੇ ਸਾਰਾ ਮਾਮਲਾ ਕਪੂਰਥਲਾ ਜ਼ਿਲ੍ਹਾ ਪੁਲਿਸ ਦੇ ਧਿਆਨ ਵਿੱਚ ਆਇਆ। ਗੁਰਮੀਤਲਾ ਬਿੱਟੂ ਪ੍ਰਧਾਨ ਏਕਤਾ ਪਾਰਟੀ ਇਹ ਕੱਲ੍ਹ ਸਾਡੇ ਕੋਲ ਦਫ਼ਤਰ ਆਏ ਸੀਗੇ, ਉਹਨਾਂ ਨੇ ਆਪਣੇ ਸਾਰੇ ਦੁੱਖ ਸਾਨੂੰ ਜੋ ਦੱਸੇ ਵੀ ਮੈਂ ਸਮਝਦਾ ਵੀ ਪੁਲਿਸ ਵਾਸਤੇ ਵੀ ਬਹੁਤ ਸ਼ਰਮਨਾਕ ਗੱਲ ਹੈਗੀ ਆ। ਇੱਕ ਪਾਸੇ ਤਾਂ ਸਰਕਾਰ ਕਹਿੰਦੀ ਆ ਵੀ ਅੱਜ ਦਰਖਾਸਤ ਦਿਓ ਅਤੇ ਕੱਲ੍ਹ ਜਿਹੜੀ ਉੱਤੇ ਕਾਰਵਾਈ ਹੋ ਜੂਗੀ, ਵੀ ਮੈਂ ਸਮਝਦਾ ਕਿ ਇਹਨਾਂ ਦੀ ਬੇਟੀ ਜਿਹੜੀ ਹੈ ਪਿਛਲੇ ਸ਼ਨੀਵਾਰ ਰਾਤ ਨੂੰ 10:20 ਪਿੰਡ ਦਾ ਮੁੰਡਾ ਨੌਜਵਾਨ ਹੈਗਾ ਵਾ ਵੀ ਜਿਹੜਾ ਉਹਨੂੰ ਫਸਲਾ ਫਸਰੂ ਕੇ ਨਾਲ ਉਹ ਲੈ ਗਿਆ ਸੀਗਾ, ਪਰ ਇਸ ਪਰਿਵਾਰ ਨੇ ਮੈਂ ਸਮਝਦਾ 10:20 ਦੀ ਬੇਟੀ ਗਈ ਇਹਨਾਂ ਦੀ, ਉਹ ਸਵੇਰੇ 4 ਵਜੇ ਤੱਕ ਆਲੇ ਦੁਆਲੇ ਪਿੰਡ ਦੇ ਆਲੇ ਦੁਆਲੇ ਸਰਪੰਚ ਦੇ ਘਰ ਵੀ ਗਏ ਔਰ ਆਲੇ ਦੁਆਲੇ ਪਿੰਡਾਂ ਦੇ ਵਿੱਚ ਹੀ ਪੜਤਾਲ ਕੀਤੀ। ਮੈਂ ਸਮਝਦਾ ਇਹਨਾਂ ਦੀ ਬੇਟੀ ਦਾ ਪਤਾ ਨਹੀਂ ਲੱਗਾ, ਜਦੋਂ ਵੀ ਇਹਨਾਂ ਨੇ ਉਹ ਮੁੰਡੇ ਬਾਰੇ ਪਤਾ ਕੀਤਾ ਉਹ ਮੁੰਡਾ ਵੀ ਘਰ ਹੈ ਨਹੀਂ ਸੀਗਾ, ਫਿਰ ਇਹਨਾਂ ਨੂੰ ਸ਼ੱਕ ਹੋ ਗਿਆ ਕਿ ਮੇਰੀ ਬੇਟੀ ਨੂੰ ਉਹ ਫਲਾਣਾ ਮੁੰਡਾ ਜਿਹੜਾ ਵਾ ਉਹ ਭਜਾ ਕੇ ਲੈ ਗਿਆ ਔਰ ਇਹਨਾਂ ਨੇ ਤੁਰੰਤ ਮੈਂ ਸਮਝਦਾ ਮੁੜ ਕੇ ਥਾਣਾ ਸਦਰ ਦੇ ਵਿੱਚ ਦਰਖਾਸਤ ਦਿੱਤੀ। ਦਰਖਾਸਤ ਦਿੱਤੀ ਨੂੰ ਵੀ ਮੇਰੇ ਹਿਸਾਬ ਨਾਲ ਵੀ ਅੱਜ ਜਿਹੜਾ ਵਾ ਬੁੱਧਵਾਰ ਹੋ ਚੁੱਕਾ, ਪਿਛਲੇ ਸੋਮਵਾਰ ਦੀ ਸਦਰ ਥਾਣੇ ਵਿੱਚ ਦਰਖਾਸਤ ਦਿੱਤੀ ਪਈ ਆ, ਪੁਲਿਸ ਨੇ ਕਾਰਵਾਈ ਤਾਂ ਕੀ ਕਰਨੀ ਸੀਗੀ? ਮੈਂ ਸਮਝਦਾ ਪੁਲਿਸ ਨੇ ਪਿੰਡ ਜਾ ਕੇ ਤਫਤੀਸ਼ ਵੀ ਨਹੀਂ ਕੀਤਾ ਜਾ ਕੇ ਕਿ ਇਹਨਾਂ ਦੀ ਬੇਟੀ ਨੂੰ ਕਿਹੜਾ ਮੁੰਡਾ ਭਜਾ ਕੇ ਲੈ ਗਿਆ, ਪਰ ਪਿੰਡ ਦੇ ਸਰਪੰਚ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਪਿੰਡ ਦੀਆਂ ਧੀਆਂ ਭੈਣਾਂ ਸਾਰੀਆਂ ਸਾਂਝੀਆਂ ਹੁੰਦੀਆਂ। ਜਦੋਂ ਨਾ ਸਰਪੰਚ ਕੋਲੋਂ ਇਨਸਾਫ ਮਿਲਿਆ ਨਾ ਪੁਲਿਸ ਕੋਲੋਂ ਇਨਸਾਫ ਮਿਲਿਆ, ਫਿਰ ਸਮਝਦੇ ਵੀ ਏਕਤਾ ਪਾਰਟੀ ਕੋਲ ਇਹਨਾਂ ਨੇ ਕੱਲ੍ਹ ਇਹਨਾਂ ਕੇ ਫਰਿਆਦ ਕੀਤੀ। ਅਸੀਂ ਅੱਜ ਮੀਡੀਆ ਨੂੰ ਨਾਲ ਲੈ ਕੇ SSP ਸਾਹਿਬ ਨੂੰ ਮਿਲਣ ਆਏ ਹਾਂ ਵੀ ਦੇਖੋ ਇੱਕ ਪਾਸੇ ਤਾਂ ਪੁਲਿਸ ਕਹਿੰਦੀ ਹੈ ਵੀ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ, ਦੂਸਰੇ ਪਾਸੇ ਇਹ ਬੀਬੀ ਵਿਚਾਰੀ ਮੈਂ ਸਮਝਦਾ ਰੋਜ਼ ਹੀ ਭਟਕਦੀ ਪਈ ਥਾਣੇ ਜਾਂਦੀ ਹੈ, ਪਰ ਪੁਲਿਸ ਵਾਲੇ ਜਿਹੜੇ ਇਹੋ ਜਿਹੇ ਬਸ਼ਰਮ ਹੈਗੇ ਆ ਵੀ ਜਿਹੜੇ ਇਹਨਾਂ ਦੀ ਗੱਲ ਸੁਣਨ ਦੀ ਬਹੁਤ ਦੂਰ ਦੀ ਗੱਲ ਹੈ ਉਹ ਤਫਤੀਸ਼ ਕਰਨ ਨਹੀਂ ਗਏ। ਅਸੀਂ ਅੱਜ SSP ਨੂੰ ਮੰਗ ਕਰਨ ਆਏ ਹਾਂ ਕਿ ਜੇ ਬੀਬੀ ਨੂੰ ਇਨਸਾਫ ਨਾ ਮਿਲਿਆ ਵੀ ਜਾਂ ਉਸ ਮੁੰਡੇ ਦੇ ਜਾਂ ਉਹਦੇ ਉਹਨਾਂ ਦੇ ਪਰਿਵਾਰ 'ਤੇ ਤੁਰੰਤ ਪਰਚਾ ਨਾ ਕੀਤਾ, ਫਿਰ ਏਕਤਾ ਪਾਰਟੀ ਜਿਹੜੀ ਹੈ ਥਾਣਾ ਸਦਰ ਦਾ ਘਰਾ ਕਰਕੇ 28 ਤਰੀਕ ਨੂੰ ਸ਼ਨੀਵਾਰ ਤਾਂ ਕੀ ਨਾਮ ਕੀ ਤੁਹਾਡੀ ਬੇਟੀ ਦਾ? ਜਸ਼ਨਦੀਪ ਨਾਮ ਆ। ਤਾਂ ਕਿਹੜੀ ਕਲਾਸ 'ਚ ਪੜ੍ਹਦੇ ਸੀ? ਪਲੱਸ ਟੂ ਪੜ੍ਹਦੇ ਸੀ। ਤਾਂ ਜਿਹੜੇ ਇਸ ਸੰਬੰਧੀ ਤੁਸੀਂ ਸਦਰ ਥਾਣੇ 'ਚ ਆਪਣੀ ਕੰਪਲੇਂਟ ਦਰਜ ਕਰਾਈ ਤਾਂ ਉਹਨਾਂ ਵੱਲੋਂ ਕੋਈ ਕਾਰਵਾਈ ਕੀਤੀ ਸੀ? ਕੋਈ ਨਹੀਂ ਕੀਤੀ ਗਈ, ਉਹਨਾਂ ਨੂੰ ਕੋਈ ਨਹੀਂ ਕੀਤੀ ਗਈ। ਤਾਂ ਅੱਜ ਤੁਸੀਂ SSP ਸਾਹਿਬ ਨੂੰ ਇਹ ਆਪਣੀ ਕਰੋ ਕਿ ਕੰਪਲੇਂਟ ਦੇਣ ਆਏ ਹੈ, ਤਾਂ ਕੀ ਉਹਨਾਂ ਤੋਂ ਆਸ ਰੱਖਦੇ? ਅਸੀਂ ਆਸ ਇਹ ਰੱਖਦੇ ਪਏ ਮੈਨੂੰ ਬੇਟੀ ਚਾਹੀਦੀ ਹੈ। ਤਾਂ ਤੁਹਾਨੂੰ ਕੋਈ ਸ਼ੱਕ? ਹਾਂਜੀ, ਪਿੰਡ ਦੇ ਮੁੰਡੇ ਦੇ ਬੜੀ ਦੇ ਵਿੱਚ ਹੈ। ਤਾਂ ਇਸ ਸੰਬੰਧੀ ਹੁਣ ਤੁਸੀਂ ਮੰਗ ਕੀ ਕਰਦੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ? ਅਸੀਂ ਇਹ ਮੰਗ ਕਰਦੇ ਪਏ ਵਾਂ ਵੀ ਮੈਨੂੰ ਮੇਰੀ ਬੇਟੀ ਮੈਨੂੰ ਕਹਿ ਦਿਓ, ਜਾਂ ਮੈਂ ਉਹਨਾਂ ਨਾਲ ਹੀ ਵਿਆਹ ਕਰਾਉਣਾ ਚਾਹੁੰਦੀ ਹਾਂ ਅਤੇ ਜਾਂ ਮੈਂ ਮਤਲਬ ਆਪਦੀ ਮੰਮਾ ਵੱਲ ਆਉਣਾ ਚਾਹੁੰਦੀ ਹਾਂ। ਇੱਕ ਵਾਰੀ ਸਾਨੂੰ ਆਪਦਾ ਆਲੋ ਦੱਸ ਦਿਓ। ਕਹਿ ਲਏ ਤਾਂ ਕਹਿੰਦੇ ਤੁਹਾਡੀ ਬੇਟੀ ਮਿਲੀ ਨਹੀਂ ਹੈਗੀ? ਨਹੀਂ ਮਿਲੀ।